एक जी मंजे विस्तरे फिल्म दे विच साधु हलवाई हुंदा अच्छा जी ते उन्हां दी मैं कोशिश कीती आवाज़ मतलब उसदा नहीं भी हो सके ठीक है जी ते जे मतलब भी अपना जिहड़ा कैमरामैन आ ठीक है जे जी ਇਹਦੇ ਬਾਰੇ ਕੋਈ ਗੱਲ ਕਿਸੇ ਨੂੰ ਦੱਸੇ ਸਾਧੂ ਹਲਵਾਈ ਤਾਂ ਉਹਨੇ ਕਿੱਦਾਂ ਦੱਸਣੀ ਸੀ? ਠੀਕ ਹੈ ਜੀ ਉਹ ਕਹਿੰਦਾ ਕਿ ਜਾਂ ਭਾਈ ਅੰਜ ਮੋਜ ਮੈਨੂੰ ਕਹਿੰਦਾ ਵੀ ਬਾਪੂ ਮੈਂ ਤਾਂ ਟੇਲਰ ਪੁਣੇ ਦਾ ਕੰਮ ਸਿੱਖਣਾ। ਠੀਕ ਹੈ ਜੀ ਮੈਂ ਕਿਹਾ ਚੱਲ ਕੋਈ ਨਾ ਪੁੱਤ ਸਿੱਖ ਲਾ। ਇਹਨੇ 4-5 ਸਾਲ ਵਧੀਆ ਲਾ ਕੇ ਟੇਲਰ ਕੋਲ ਕੰਮ ਸਿੱਖ ਲਿਆ ਅਤੇ ਇਹਨੇ ਪਿੰਡ ਆ ਕੇ ਕਰ ਲਈ ਦੁਕਾਨ। ਇਹਦੇ ਕੋਲ ਇੱਕ ਲੇਡੀਜ ਆਈ ਸੂਟ ਸਿਲਾਈ ਕਰਾਉਣ ਵਾਸਤੇ। ਇਹਨੂੰ ਕਹਿੰਦੀ ਵੀ ਅਲਮੋਲ ਮੇਰਾ ਸੂਟ ਸਿਲਾਈ ਕਰ ਦੇਗਾ। ਇਹ ਕਹਿੰਦਾ ਕੋਈ ਗੱਲ ਨਹੀਂ ਆਂਟੀ ਕਰ ਦਾਂਗੇ। ਅਤੇ ਉਹ ਭਾਈ ਅਗਲੇ ਦਿਨ ਸੂਟ ਫੜ ਕੇ ਲੈ ਗਈ ਇਹਤੋਂ। ਜਦੋਂ ਉਹਨੇ ਘਰ ਜਾ ਕੇ ਪਾ ਕੇ ਦੇਖਿਆ ਉਹ ਤਾਂ ਹੱਥ 'ਚ ਡੰਡਾ ਫੜੀ ਆਵੇ ਅਤੇ ਇਹਨੂੰ ਕਹਿੰਦੀ ਵੀ ਅਨਮੋਲ ਤੇਰਾ ਬਹਿ ਜਾਏ ਵੇਲਾ ਆਹ ਕੀ ਕੀਤਾ ਵੇ। ਕਹਿੰਦਾ ਕੀ ਗੱਲ ਆਂਟੀ ਸੂਟ ਵਧੀਆ ਨਹੀਂ ਬਣਿਆ। ਕਹਿੰਦੀ ਮਰ ਜਾਣਿਆ ਸੂਟ ਤਾਂ ਬਥੇਰਾ ਫਿੱਟ ਫਾਟ ਸਿਉਂਦਾ। ਕਹਿੰਦਾ ਫਿਰ ਕੀ ਆ ਸਲਵਾਰ ਨੂੰ ਜੇ ਭੁਲਾਤੀ। ਕਹਿੰਦਾ ਭਾਈ ਨਿਆਮਲੀ ਦੀ ਆਵਾਜ਼ ਉਹ ਕਹਿੰਦਾ ਸ਼ਾਂਤੀ ਇਹ ਮੁਰਗੀ ਮਰ ਗਈ। ਅਤੇ ਸ਼ਾਂਤੀ ਕਹਿੰਦੀ ਹੁੰਦੀ ਆ ਕਹਿੰਦੀ ਵੇ ਲੈ ਸਾਡਾ ਬੁੜਾ ਮਰ ਗਿਆ ਸੀ ਅਸੀਂ ਤਾਂ ਨਹੀਂ ਇੰਨਾ ਉਸ ਤੁਹਾਡਾ ਬੁੜਾ ਆਂਡੇ ਨਹੀਂ ਨਾ ਦਿੰਦਾ ਸੀ। ਆਹ ਦੇਖ ਲਾ ਜਿੰਨੇ ਵੀਡੀਓ ਵਾਲੇ ਆ ਮੈਂ ਸਾਰਿਆਂ ਨੂੰ ਕਹਿਣਾ ਵੀ ਇੱਕ ਵਾਰੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਡਾ ਅਤੇ ਆਹ ਘੰਟੀ ਜੀ ਦੱਬ ਦਿਓ ਤਾਂ ਕਿ ਤੁਹਾਡੇ ਕੋਲ ਮੇਰੀ ਵੀਡੀਓ ਛੇਤੀ ਤੋਂ ਛੇਤੀ ਇੱਕ ਹੋਰ ਆ ਜੇ। ਧੰਨਵਾਦ। ਕਹਿੰਦੀ ਹੁੰਦੀ ਆ ਵੀ ਬੀਬੀ ਰਣਜੀਤ ਕੌਰ ਕਹਿੰਦੀ ਸ਼ਹਿਰ ਗਿਆ ਸੀ ਦਿਓਰਾ ਘਰ ਦਾ ਬਣ ਕੇ ਮੋਰੀ ਵੇ ਹੈ ਸੌਦਾ ਪਤਾ ਲੈਣ ਲਈ ਅੱਜ ਮੱਲੋ ਜੋਰੀ ਵੇ ਹੈ ਖਾਲੀ ਕਾਤੋਂ ਆ ਗਿਆ ਪੀਪਾ ਦੱਸ ਦੇ ਮੈਨੂੰ ਵੇ ਹੈ ਖਾਲੀ ਕਾਤੋਂ ਆ ਗਿਆ ਪੀਪਾ ਦੱਸ ਦੇ ਮੈਨੂੰ ਵੇ ਹੈ ਸੌਦਾ ਨੋਟ ਸੀ ਜਾਣ ਲੱਗੇ ਨੂੰ ਦਿੱਤਾ ਤੈਨੂੰ ਵੇ ਹੋ ਕੀ ਦੱਸਾਂ ਹੱਡ ਬੀਤੀ ਹੋ ਕੀ ਦੱਸਾਂ ਹੱਡ ਬੀਤੀ ਉਲਟਾ ਗਜੀਆ ਪੈ ਗਿਆ ਨੀ ਹੈ ਮੈਂ ਤਾਂ ਭਾਬੀ ਚੁੱਗਾ ਚੌੜ ਕੇ ਰਹਿ ਕੇ ਬਹਿ ਗਿਆ ਨੀ ਹੋ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹੋ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹੈ ਦਹੀਂ ਪਲੇ ਕੇ ਭਾਬੀ ਜੀ ਫੁੱਟ ਨਰਮੇ ਦੇਖਾ ਬੈਠਾ। ਓਏ ਹੋਏ ਓਏ ਆ ਤਾਂ ਕਮਾਲ ਕਰਤੀ ਉਹ ਧੋਤੀ ਪਾੜ ਕੇ ਰੁਮਾਲ ਕਰਤੀ ਆਏ ਹੈ ਉਹ ਮੈਂ ਕਿਹਾ ਪਤਾ ਤੈਨੂੰ ਚਾਹ ਪਾਣੀ ਵੀ ਪੀ ਲੈਂਦੇ ਆਉਂਦੀ ਵੀਡੀਓ 'ਤੇ ਲਾ ਗਏ ਚੱਲ ਕੋਈ ਨਾ ਹੁਣ ਪਿਆ ਦਾਂਗੇ ਜਾਂਦੇ ਹੋਏ। ਦੋਸਤੋ ਅੱਜ ਤੁਹਾਨੂੰ ਅਸੀਂ ਉਸ ਨੌਜਵਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਵੇਂ ਕਿ ਅਸੀਂ ਛੋਟੇ ਹੁੰਦੇ ਕਦੇ ਕਿਸੇ ਚਿੜਾਂ ਪੜਾਤੀਆਂ ਕਦੇ ਕਿਸੇ ਨੂੰ ਕੋਈ ਮਜ਼ਾਕ ਕਰਤਾ ਪਰ ਜਦੋਂ ਜਿਉਂ ਜਿਉਂ ਸਾਡੀ ਉਮਰ ਵੱਧਦੀ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਪਰਮਾਤਮਾ ਦੀ ਕਿਰਪਾ ਹੋਵੇਗੀ ਸਾਡੇ 'ਤੇ ਸਾਡੇ 'ਚੋਂ ਇੱਕ ਟੈਲੈਂਟ ਬਣ ਜੂਗਾ। ਉਸੇ ਤਰ੍ਹਾਂ ਅੱਜ ਬਾਈ ਜੀ ਨੇ ਇਹ ਪਹਿਲਾਂ ਛੋਟੇ ਹੁੰਦੇ ਕਦੇ ਕਿਸੇ ਦੀ ਆਵਾਜ਼ ਕੱਢਦੇ ਹਾਸੀ ਮਜ਼ਾਕ ਦੇ ਵਿੱਚ ਕਦੇ ਕਿਸੇ ਦੀ ਆਵਾਜ਼ ਕੱਢਤੀ ਅੱਜ ਬਾਈ ਜੀ ਬਹੁਤ ਸਾਰੇ ਲੀਡਰਾਂ ਦੀਆਂ ਬਹੁਤ ਸਾਰੇ ਕਾਰਟੂਨ ਹੋਰ ਆਪਣੇ ਦਿੱਗਜ ਜੋ ਸਿੰਗਰ ਨੇ ਉਹਨਾਂ ਦੀਆਂ ਆਵਾਜ਼ਾਂ ਕੱਢਦੇ ਨੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਨੀਚੇ ਇੱਕ ਚੈਨਲ ਦਾ ਲਿੰਕ ਦਿੱਤਾ ਹੋਇਆ ਪਾਵਰ ਆਫ ਅਰਨਿੰਗ ਅਤੇ ਜੇਕਰ ਤੁਸੀਂ ਘਰ ਬੈਠੇ ਕੋਈ ਵੀ ਕੰਮਕਾਰ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਦੇ ਉੱਤੇ ਜਾ ਕੇ ਵੀਡੀਓਆਂ ਜ਼ਰੂਰ ਦੇਖੋ ਤਾਂ ਕਿ ਤੁਹਾਡੀ ਮਦਦ ਹੋ ਸਕੇ ਅਤੇ ਕੋਈ ਨਾ ਕੋਈ ਤੁਹਾਡਾ ਹੱਲ ਹੋ ਸਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਘੰਟੀ ਵੀ ਦੱਬ ਲਿਓ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਤੁਸੀਂ ਆਵਾਜ਼ਾਂ ਬਹੁਤ ਵਧੀਆ ਕੱਢਦੇ ਹੋ ਲੀਡਰਾਂ ਦੇ ਵੀ ਕੱਢ ਰਹੇ ਹੋ ਸਿੰਗਰ ਦੀ ਵੀ ਕੱਢ ਰਹੇ ਹੋ ਕਾਰਟੂਨ ਦੀ ਵੀ ਕੱਢ ਰਹੇ ਹੋ ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਵੇਰਵਾ ਦਿਓ ਅਤੇ ਫਿਰ ਸਾਨੂੰ ਦੱਸੋ ਤੁਸੀਂ ਕਿਹੜੇ ਕਿਹੜੇ ਲੀਡਰਾਂ ਦੀਆਂ ਆਵਾਜ਼ਾਂ ਸਾਨੂੰ ਪਹਿਲਾਂ ਕੱਢ ਕੇ ਸੁਣਾਓਗੇ? ਹਾਂਜੀ ਹਾਂ ਲੀਡਰਾਂ ਦੇ ਵਿੱਚੋਂ ਤਾਂ ਜੀ ਮੈਂ ਤੁਹਾਨੂੰ ਨਰਿੰਦਰ ਮੋਦੀ ਜੀ ਦੀ ਆਵਾਜ਼ ਸੁਣਾ ਦੂੰਗਾ ਜੀ। ਠੀਕ ਹੈ ਜੀ। ਹਾਂਜੀ ਅਤੇ ਹੋਰ ਆਰਟਿਸਟ ਨੇ ਫਿਲਮੀ ਆਰਟਿਸਟ ਅਤੇ ਸਿੰਗਰ ਪੰਜਾਬੀ ਠੀਕ ਹੈ ਜੀ ਸਿੰਗਰ ਹਾਂਜੀ ਉਹਨਾਂ ਦੀ ਆਵਾਜ਼ ਸੁਣਾ ਦਾਂਗੇ ਅਤੇ ਕਾਰਟੂਨ ਵਗੈਰਾ ਦੀ ਆਵਾਜ਼ ਸੁਣਾ ਦਾਂਗੇ। ਮੇਰਾ ਨਾਂ ਜੀ ਸੁੱਖ ਪਿੰਡ ਮੇਰਾ ਲੱਡਾ ਅਤੇ ਡਿਸਟ੍ਰਿਕਟ ਸੰਗਰੂਰ ਹੈ ਜੀ। ਅਤੇ ਬਾਈ ਜੀ ਹੁਣ ਤੁਸੀਂ ਸਾਨੂੰ ਕਾਰਟੂਨ ਦੀਆਂ ਆਵਾਜ਼ਾਂ ਸੁਣਾਓ ਕੱਢ ਕੇ। ਹਾਂਜੀ ਹਾਂ ਕਾਰਟੂਨਾਂ ਦੀਆਂ ਆਵਾਜ਼ਾਂ ਤੁਹਾਨੂੰ ਸੁਣਾ ਦਿੰਦੇ ਹਾਂ। ਸਭ ਤੋਂ ਪਹਿਲਾਂ ਔਗੀ ਐਂਡ ਦਾ ਕੋਕਰੋਚ ਵਾਲੇ ਕਾਰਟੂਨਾਂ ਦੀਆਂ ਆਵਾਜ਼ਾਂ ਸੁਣਾਉਂਦਾ ਤੁਹਾਨੂੰ ਮੈਂ। ਠੀਕ ਹੈ ਜੀ। ਅਤੇ ਔਗੀ ਕਹਿੰਦਾ ਹੁੰਦਾ ਜਦੋਂ ਉਹਦਾ ਖਾਣਾ ਕੋਕਰੋਚ ਖਾ ਜਾਂਦੇ ਆ ਤਾਂ ਔਗੀ ਕਹਿੰਦਾ ਹੇ ਬੜੇ ਭਈਆ ਜੇ ਕੋਕਰੋਚ ਮੁਝੇ ਚੈਨ ਸੇ ਜੀਨੇ ਨਹੀਂ ਦਿੱਤੇ ਹੇ ਕੋਕਰੋਚ ਛੋੜੂੰਗਾ ਨਹੀਂ ਮੇਰਾ ਪੂਰਾ ਫਰਿੱਜ ਖਾਲੀ ਕਰ ਦਿਆ ਇੱਦਾਂ ਬੋਲਦਾ। ਅਤੇ ਫਿਰ ਉਸ ਤੋਂ ਬਾਅਦ ਉਹਦਾ ਭਰਾ ਆ ਜਾਂਦਾ ਜੈਕ ਉਹ ਕਹਿੰਦਾ ਹੁੰਦਾ ਓਏ ਔਗੀ ਤੂੰ ਟੈਨਸ਼ਨ ਮਤ ਲੈ ਤੇਰੇ ਭਾਈ ਨੇ ਫੌਜ ਮੈਂ ਟ੍ਰੇਨਿੰਗ ਲਈ ਹੈ ਓਏ ਮੈਂ ਇਨ ਕੋਕਰੋਚੋਂ ਕੋ ਛੋੜੂੰਗਾ ਨਹੀਂ। ਅਤੇ ਫਿਰ ਉਸ ਤੋਂ ਬਾਅਦ ਜੀ ਤਿੰਨ ਕੋਕਰੋਚ ਹੁੰਦੇ ਜਿਹੜੇ ਉਦੋਂ ਮੋਟੂ ਹੁੰਦਾ ਜਿਹੜਾ ਉਹ ਕਹਿੰਦਾ ਹੁੰਦਾ ਮੇਰੇ ਕੋ ਭੁੱਖ ਲੱਗੇ ਮੁੰਡੇ ਖਾਣਾ ਚਾਹੀਏ ਅਤੇ ਦੂਜਾ ਲੰਬੂ ਕਹਿੰਦਾ ਅਰੇ ਬੜੂ ਇਤਨਾ ਮਤਖਾ ਭਾਗਾ ਨਹੀਂ ਜਾਏਗਾ ਵਰਨਾ ਬਿੱਲਾ ਪਕੜ ਲੇਗਾ ਤੇਰੇ ਕੋ। ਅਤੇ ਜਿਹੜਾ ਛੋਟੂ ਹੁੰਦਾ ਉਹ ਕਹਿੰਦਾ ਅਰੇ ਮੈਂ ਤਾਂ ਭੁੱਖ ਲੱਗਾ ਰਹੇ ਦੇਵਾਂ ਅਰੇ ਇਤਨੀ ਜ਼ਿਆਦਾ ਟੈਨਸ਼ਨ ਕਾਹ ਕੋ ਆ ਗਈ।
ਤੇ ਫਿਰ ਉਸ ਤੋਂ ਬਾਅਦ ਜਿਹੜਾ ਬੌਬ ਹੁੰਦਾ ਜੀ ਉਹ ਕਹਿੰਦਾ ਓਏ ਮੇਰਾ ਖਾਣਾ ਕਿਸਨੇ ਖਾਇਆ ਇਦਾਂ ਇਹ ਨੇ ਜੀ ਹੋਗੀ ਦੇ ਕਰੈਕਟਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੀ ਮੋਟੂ ਪਤਲੂ ਦੇ ਸੁਣਾ ਦਿੰਦੇ ਹਾਂ ਹਾਂਜੀ ਹਾਂ ਮੋਟੂ ਪਤਲੂ ਦੇ ਵਿੱਚ ਸਭ ਤੋਂ ਪਹਿਲਾਂ ਮੋਟੂ ਕਹਿੰਦਾ ਹੁੰਦਾ ਖੁਸ਼ਬੂ ਖਾਲੀ ਪੇਟ ਮੇਰੇ ਦਿਮਾਗ ਕੀ ਪੱਤੀ ਨਹੀਂ ਜਲਦੀ ਅਰੇ ਪਤਲੂ ਤੁਮ ਹੀ ਕੁਛ ਸੋਚੋ ਤੇ ਫਿਰ ਉਸ ਤੋਂ ਬਾਅਦ ਪਤਲੂ ਕਹਿੰਦਾ ਅਰੇ ਮੋਟੂ ਇਤਨਾ ਮਤ ਖਾ ਭਾਗਾ ਨਹੀਂ ਜਾਏਗਾ ਵਰਨਾ ਜੌਨ ਕੋ ਕੈਸੇ ਪਕੜੇਂਗੇ ਹਮ ਤੇ ਨਾਲ ਦੀ ਨਾਲ ਡਾਕਟਰ ਜਟਕਾ ਆ ਜਾਂਦਾ ਡਾਕਟਰ ਉਹ ਮਾਰ ਸੁੱਟਿਆ ਪਾਪੜ ਵਾਲੇ ਨੂੰ ਉਹ ਮੋਟੂ ਮੇਰੇ ਯਾਰ ਮੇਰੇ ਵੱਡੇ ਭਰਾ ਆ ਵੇਖ ਮੈਂ ਤੇਰੇ ਲਈ ਕਿਆ ਤਿਆਰ ਕੀਤਾ ਜੀ ਤੇ ਨਾਲ ਦੀ ਨਾਲ ਚਿੰਗਮ ਸਰ ਇੰਸਪੈਕਟਰ ਉਹ ਕਹਿੰਦਾ ਅਯਾ ਮਾ ਚਿੰਗੁਲ ਕੇ ਚੰਗੁਲ ਸੇ ਬਚਨਾ ਯਮ ਪੋਸੀਬਲ ਬੋਲੇ ਤੋ ਯਮ ਪੋਸੀਬਲ ਤੇ ਨਾਲ ਦੀ ਨਾਲ ਗਸੀਟਾ ਰਾਮ ਹੁੰਦਾ ਜਿਹੜਾ ਚਾਏ ਵਾਲਾ ਉਹ ਕਹਿੰਦਾ ਕੁੜੀ ਬਾਬਾ ਮੈਂ ਆਪਣਾ 20 ਸਾਲ ਕਾ ਤਜਰਬਾ ਮੈਂ ਐਸਾ ਐਂਕਰ ਕਭੀ ਨਹੀਂ ਦੇਖਾ ਹਾਂਜੀ ਤੇ ਬਾਈ ਜੀ ਹੁਣ ਸਾਨੂੰ ਸਿੰਗਰ ਦੀ ਆਵਾਜ਼ ਸੁਣਾਓ ਜੀ ਹਾਂਜੀ ਸਿੰਗਰ ਦੀ ਆਵਾਜ਼ ਸੁਣਾ ਦਿੰਦੇ ਹਾਂ ਤੁਹਾਨੂੰ ਬੀਬੀ ਰਣਜੀਤ ਕੌਰ ਅਤੇ ਮੁਹੰਮਦ ਸਦੀਕ ਦਾ ਗਾਣਾ ਇੱਕ ਦੁਗਾਣਾ ਉਹ ਸੁਣਾਉਂਦੇ ਇੱਕ ਉਹਨਾਂ ਦਾ ਦੁਗਾਣਾ 100 ਰੁਪਇਆ ਬੜਾ ਮਸ਼ਹੂਰ ਆ ਹਰੇਕ ਵਿਆਹ ਦੇ ਵਿੱਚ ਲੱਗਦਾ ਜੀ ਹਾਂਜੀ 100 ਦਾ ਨੋਟ ਉਹ ਸੁਣਾ 100 ਦਾ ਨੋਟ ਹਾਂ ਉਹ ਸੁਣਾਉਂਦੇ ਜੀ ਤੁਹਾਨੂੰ ਹਾਂਜੀ ਉਹ ਕਹਿੰਦੀ ਹੁੰਦੀ ਆ ਵੀ ਬੀਬੀ ਰਣਜੀਤ ਕੌਰ ਕਹਿੰਦੀ ਹਾਂ ਸ਼ਹਿਰ ਗਿਆ ਸੀ ਦਿਓਰਾ ਘਰ ਦਾ ਬਣ ਕੇ ਮੋਹਰੀ ਵੇ ਹਾਂ ਸੌਦਾ ਪਤਾ ਲੈਣ ਲਈ ਅੱਜ ਮੱਲੋ ਜੋਰੀ ਵੇ ਹਾਂ ਖਾਲੀ ਕਾ ਤੋਂ ਆ ਗਿਆ ਪੀਪਾ ਦੱਸ ਦੇ ਮੈਨੂੰ ਵੇ ਹਾਂ ਖਾਲੀ ਕਾ ਤੋਂ ਆ ਗਿਆ ਪੀਪਾ ਦੱਸ ਦੇ ਮੈਨੂੰ ਵੇ ਹਾਂ 100 ਦਾ ਨੋਟ ਸੀ ਜਾਣ ਲੱਗੇ ਨੂੰ ਦਿੱਤਾ ਤੈਨੂੰ ਵੇ ਹੋ ਕੀ ਦੱਸਾਂ ਹੱਡਬੀਤੀ ਹੋ ਕੀ ਦੱਸਾਂ ਹੱਡਬੀਤੀ ਉਲਟਾ ਗਜੀਆ ਪੈ ਗਿਆ ਨੀ ਹਾਂ ਮੈਂ ਤਾਂ ਭਾਬੀ ਚੁੱਗਾ ਚੌੜ ਕੇ ਰਹਿ ਕੇ ਵਹਿ ਗਿਆ ਨੀ ਹੋ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹੋ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੋਸ਼ ਗਵਾ ਬੈਠਾ ਹੈ ਦਹੀ ਪਲੇ ਕੇ ਭਾਬੀ ਜੀ ਫੁੱਟ ਨਰਮੇ ਦੇਖਾ ਬੈਠਾ ਵੈਰੀ ਗੁੱਡ ਬਾਈ ਜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀ ਆਵਾਜ਼ ਸੁਣਾਓ ਹਾਂਜੀ ਉਹਨਾਂ ਦੀ ਆਵਾਜ਼ ਸੁਣਾਉਂਦੇ ਹਾਂ ਕੋਈ ਹੋਰ ਸਟਾਈਲ ਦੇ ਵਿੱਚ ਅਤੇ ਉਹ ਜਿੱਦਾਂ ਉਹਨਾਂ ਨੇ ਕਹਿਣਾ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਉਹ ਕਿੱਦਾਂ ਕਹਿਣਗੇ ਠੀਕ ਹੈ ਜੀ ਮਿੱਤਰੋ ਭਾਈਓ ਔਰ ਬਹਿਨੋ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਜੇ ਜੋ ਹਮਾਰੇ ਚੈਨਲ ਪਰ ਵੀਡੀਓ ਦੇਖ ਰਹੇ ਹੋ ਇਸ ਕੋ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰ ਦੀਜੀਏ ਲਾਈਕ ਔਰ ਕਮੈਂਟ ਵੀ ਕਰ ਦੇਣਾ ਔਰ ਚੈਨਲ ਕੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦੀਜੀਏਗਾ ਕਿਉਂਕਿ ਆਉਣ ਵਾਲੀ ਨੋਟੀਫਿਕੇਸ਼ਨ ਆਪਕੇ ਤੱਕ ਸਭ ਤੋਂ ਪਹਿਲੇ ਪਹੁੰਚ ਸਕੇ ਧੰਨਵਾਦ ਬਾਈ ਜੀ ਕੋਈ ਹੋਰ ਆਪਣੇ ਪੰਜਾਬੀ ਸਿੰਗਰ ਹਾਂਜੀ ਪੰਜਾਬੀ ਸਿੰਗਰਾਂ ਦੇ ਵਿੱਚੋਂ ਕਨਵਰ ਗਰੇਵਾਲ ਸਾਹਿਬ ਦੀ ਆਵਾਜ਼ ਸੁਣਾ ਦਿੰਦਾ ਤੁਹਾਨੂੰ ਹਾਂਜੀ ਹਾਂ ਅਤੇ ਜੇ ਨਾ ਉਹ ਹਨੀ ਸਿੰਘ ਦਾ ਗਾਣਾ ਗਾਉਂਦੇ ਮਤਲਬ ਇੱਕ ਉਹ ਸੁਣਾਉਂਦਾ ਤੁਹਾਨੂੰ ਮੈਂ ਅਤੇ ਉਹ ਗਾਉਂਦੇ ਕਹਿੰਦੇ ਉਹ ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ ਕੁਈਨ ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ ਆ ਜਾ ਤੂੰ ਮੇਰੇ ਕੋਲ ਮੰਦੇ ਨੈਣਾਂ ਨੂੰ ਫੋਲ ਚਾਹਤ ਮੈਂ ਮਤ ਰੋਲ ਨੀ ਬੀਬਾ ਹਾਂਜੀ ਅਤੇ ਸੁਨੀਲ ਸੈਟੀ ਦੀ ਆਵਾਜ਼ ਸੁਣਾਉਂਦੇ ਤੁਹਾਨੂੰ ਉਹ ਕਹਿੰਦੇ ਹੁੰਦੇ ਕਹਿੰਦਾ ਹੈ ਬਾਬੂ ਭਈਆ ਐਂਕੀ ਬਾਤੋਂ ਮੈਂ ਮਚਾ ਨਾ ਬਾਬੂ ਭਈਆ ਜਾ ਦੇਖੇ ਹਮਾਰਾ ਪੂਰਾ ਪੈਸਾ ਲੈ ਕੇ ਭਾਗ ਗਏ ਤੇ ਉਸ ਤੋਂ ਬਾਅਦ ਪ੍ਰੇਸ਼ ਰਾਵਲ ਬੋਲਦਾ ਹੇ ਮਾਈਲਾ ਰੇ ਰਾਜੂ ਰੇ ਖੋਪੜੀ ਤੋਂ ਡਰ ਰੇ ਬਾਬਾ ਇਸਕੀ ਰੇ ਮੇਰਾ ਦੋਤਰ ਚੋਰੀ ਹੋ ਗਿਆ ਰੇ ਬਾਬਾ ਤੇ ਜੀ ਪੰਜਾਬ ਦੇ ਲੀਡਰਾਂ ਦੇ ਵਿੱਚੋਂ ਤੁਹਾਨੂੰ ਪ੍ਰਕਾਸ਼ ਬਾਦਲ ਜੀ ਦੀ ਆਵਾਜ਼ ਸੁਣਾਉਣਾ ਮੈਂ ਠੀਕ ਹੈ ਜੀ ਤੇ ਉਹ ਕਹਿੰਦੇ ਹੁੰਦੇ ਆ ਕਹਿੰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰੀ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਦਿਲ ਛੋਟਾ ਨਾ ਕਰੋ ਕੀ ਹੋਇਆ ਜੇ ਇਹ ਕੀ ਹਾਰ ਹੋ ਗਈ ਅਗਲੀ ਮੇਰੀ ਹੋ ਸਕਦਾ ਇਦੋਂ ਵੱਡਾ ਬਹੁਮਤ ਹਾਸਿਲ ਕਰੀਏ ਸੋ ਕਿਸਾਨਾਂ ਦੀ ਵੀ ਆਪਾਂ ਫੁੱਲ ਸਪੋਰਟ ਕਰਾਂਗੇ ਸੋ ਇਹੀ ਬੇਨਤੀ ਆ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਬਾਈ ਜੀ ਆਪਣੇ ਪੰਜਾਬੀ ਕਲਾਕਾਰ ਦੇ ਵਿੱਚ ਕੋਈ ਲੇਡੀ ਸਿੰਗਰ ਦੀ ਆਵਾਜ਼ ਆ ਲੇਡੀ ਸਿੰਗਰ ਹਾਂ ਜੀ ਅਨੀਤਾ ਸਮਾਣਾ ਜੀ ਦੀ ਆਵਾਜ਼ ਸੁਣਾਉਣਾ ਤੁਹਾਨੂੰ ਮੈਂ ਉਹਨਾਂ ਦਾ ਇੱਕ ਗਾਣਾ ਗੜਬਾ ਚਾਂਦੀ ਦਾ ਉਹ ਸੁਣਾਉਣਾ ਤੁਹਾਨੂੰ ਮੈਂ ਉਹ ਕਹਿੰਦੀ ਹੁੰਦੀ ਹਾਂ ਛਮਕ ਜਹੀ ਮੈਂ ਮੁਟਿਆਰ ਮੇਰੇ ਹਾਣੀਆਂ ਮੈਂ ਫੁੱਲਾਂ ਤੋਂ ਵੀ ਹੌਲਾ ਮੇਰਾ ਪਹਾੜ ਮੇਰੇ ਹਾਣੀਆਂ ਚੜ੍ਹਦੀ ਜਵਾਨੀ ਵਾਂਗੂ ਕੀ ਲਿਆ ਨਾ ਜਾਵੇ ਮੈਂ ਤੋਂ ਚੜ੍ਹਦੀ ਜਵਾਨੀ ਵਾਂਗੂ ਕੀ ਲਿਆ ਨਾ ਜਾਵੇ ਮੈਂ ਤੋਂ ਵਿਸ਼ੀਅਰ ਨਾਗ ਪਰਾਂਦੀ ਦਾ ਵੇ ਲੱਕ ਹਿੱਲੇ ਮਜਾ ਜਣ ਜਾਂਦੀ ਦਾ ਜਸਵਿੰਦਰ ਬਰਾੜ ਦਾ ਇੱਕ ਗਾਣਾ ਉਹ ਸੁਣਾ ਦਿੰਦਾ ਤੁਹਾਨੂੰ ਉਹਨਾਂ ਦੀ ਆਵਾਜ਼ 'ਚ ਉਹ ਗਾਉਂਦੀ ਕਹਿੰਦੀ
है गल्लां प्यार दियां साडे नाल कीतियां सी जो मैनू भुल जाण वालिया वे इक वारी ओ तैनू याद करवावां याद करवावां किते टकरे जे कला तैनू रज के रवावां किते टकरे जे कला तैनू रज के रवावां किते टकरे जे कला। ਬਾਈ ਜੀ ਇੱਕ ਬੱਚਿਆਂ ਦੇ ਕਾਰਟੂਨ ਚੱਲਦੇ ਨੇ ਛੋਟਾ ਭੀਮ ਬੜਾ ਭੀਮ ਆ। ਹਾਂਜੀ ਹਾਂ ਉਹ ਛੋਟੇ ਭੀਮ ਦੇ ਵਿੱਚ ਤਿੰਨ ਕੁ ਕਰੈਕਟਰ ਨੇ ਉਹਨਾਂ ਦੀ ਜਿਹੜੀ ਆਵਾਜ਼ ਮੈਂ ਕੋਸ਼ਿਸ਼ ਕੀਤੀ ਆ ਉਹ ਸੁਣਾ ਦਿੰਦਾ ਤੁਹਾਨੂੰ। ਠੀਕ ਹੈ ਠੀਕ ਜ਼ਰੂਰ ਸੁਣਾ। ਹਾਂਜੀ ਅਤੇ ਇੱਕ ਤਾਂ ਕਾਲੀਆ ਹੁੰਦਾ ਜੀ ਉਹ 'ਚ। ਹਾਂਜੀ ਹਾਂ ਉਹ ਕਹਿੰਦਾ ਹੁੰਦਾ ਏ ਮਹਾਰਾਜ ਜੇ ਕਿਆ ਕੀਆ ਆਪਨੇ ਭੀਮ ਕੋ ਪੁਰਸਕਾਰ ਦੇ ਦਿਆ ਲੇਕਿਨ ਇਸ ਪਰ ਤੋਂ ਮੇਰਾ ਹੱਕ ਥਾ ਇੱਦਾਂ ਬੋਲਦਾ ਹੁੰਦਾ। ਤੇ ਉਸ ਤੋਂ ਬਾਅਦ ਇੱਕ ਨਾ ਜੱਗੂ ਬਾਂਦਰ ਹੁੰਦਾ ਉਹ ਛੋਟੇ ਵੀ, ਹਾਂ ਉਹਨੂੰ ਜਦੋਂ ਚੋਰ ਚੱਕ ਕੇ ਲੈ ਜਾਂਦਾ ਸੁੱਤੇ ਪਏ ਨੂੰ ਸਰਕਸ ਵਾਲੇ ਜੋਕਰ ਜੇ ਚੱਕ ਕੇ ਲੈ ਜਾਂਦੇ ਆ ਤੇ ਉਹ ਉਦਾਂ ਕਰਦਾ ਹੁੰਦਾ ਕਹਿੰਦਾ ਭੀਮ ਭੀਮ ਮੇਰੀ ਰੱਖਿਆ ਕਰੋ ਭੀਮ ਜੇ ਮੁਝੇ ਛੋੜੇਂਗੇ ਨਹੀਂ ਇੱਦਾਂ ਬੋਲਦਾ ਹੁੰਦਾ। ਤੇ ਉਸ ਤੋਂ ਬਾਅਦ ਇੱਕ ਢੋਲਕਪੁਰ ਦਾ ਮਹਾਰਾਜ ਹੁੰਦਾ ਤੇ ਢੋਲਕਪੁਰ ਦਾ ਮਹਾਰਾਜ ਕਹਿੰਦਾ ਹੁੰਦਾ ਪਿਆਰੇ ਢੋਲਕਪੁਰ ਵਾਸੀਓ ਮੈਂ ਆਪਕੋ ਬਤਾ ਦੇਣਾ ਚਾਹਤਾ ਹੂੰ ਕਿ ਆਜ ਕਾ ਵਿਜੇਤਾ ਹੈ ਜੋ ਭੀਮ ਹੈ ਭੀਮ ਹਮਾਰੇ ਢੋਲਕਪੁਰ ਕੀ ਸ਼ਾਨ। ਅਤੇ ਜੀ ਇੱਕ ਪੰਜਾਬੀ ਕਮੇਡੀ ਕਲਾਕਾਰ ਨੇਗੇ ਜਿਹੜੇ ਉਹਨਾਂ ਦੀ ਆਵਾਜ਼ ਸੁਣਾਉਣਾ ਤੁਹਾਨੂੰ ਮੈਂ। ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਤਾਂ ਜੀਤ ਪੈਂਚਰ ਵਾਲੇ ਦੀ ਸੁਣਾਉਣਾ। ਠੀਕ ਹੈ ਜੀ। ਉਹਨਾਂ ਦੀ ਓ ਹਾਏ ਉਹ ਆ ਤਾਂ ਮੁੰਡੇ ਰੰਗਲਾ ਤੇ ਉਹ ਮੈਂ ਕਹਿੰਦਾ ਇਹੋ ਜਿਹੀਆਂ ਮੂਵੀਆਂ ਮੇਰੀਆਂ ਰੋਜ਼ ਬਣਾ ਲਿਆ ਕਰੋ ਉਹ ਤੁਸੀਂ ਵੀ ਦੇਖਣ ਵਾਲੇ ਕੀ ਕਰੀ ਜਾਂਦੇ ਹੋ ਚੈਨਲ ਨੂੰ ਕਰ ਲਓ ਯਾਰ ਸਬਸਕ੍ਰਾਈਬ ਹੋਰ ਹੀ ਮਰੀ ਜਾਂਦੇ ਆ ਗੱਲਾਂ ਜੀਆਂ। ਓਕੇ ਭਾਈ ਅਮਲੀ ਦੀ ਆਵਾਜ਼ ਉਹ ਕਹਿੰਦਾ ਸ਼ਾਂਤੀ ਹੈ ਮੁਰਗੀ ਮਰ ਗਈ ਅਤੇ ਸ਼ਾਂਤੀ ਕਹਿੰਦੀ ਹੁੰਦੀ ਹੈ ਕਹਿੰਦੀ ਵੇ ਲੈ ਸਾਡਾ ਬੁੜਾ ਮਰ ਗਿਆ ਸੀ ਅਸੀਂ ਤਾਂ ਨਹੀਂ ਇੰਨਾ ਉਸ ਤੁਹਾਡਾ ਬੁੜਾ ਆਂਡੇ ਨਹੀਂ ਨਾ ਦਿੰਦਾ ਸੀ ਆਹ ਦੇਖ ਲਾ ਜਿੰਨੇ ਵੀਡੀਓ ਵਾਲਿਆ ਮੈਂ ਸਾਰਿਆਂ ਨੂੰ ਕਹਿਣਾ ਵੀ ਇੱਕ ਵਾਰੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਡਾ ਅਤੇ ਆਹ ਘੰਟੀ ਜੀ ਦੱਬ ਦਿਓ ਤਾਂ ਕਿ ਤੁਹਾਡੇ ਕੋਲ ਮੇਰੀ ਵੀਡੀਓ ਛੇਤੀ ਤੋਂ ਛੇਤੀ ਇੱਕ ਹੋਰ ਆ ਜੇ ਧੰਨਵਾਦ। ਇੱਕ ਬਾਈ ਸਾਡੇ ਪੰਜਾਬੀ ਕਮੇਡੀ ਦੇ ਬਹੁਤ ਹੀ ਆਪਾਂ ਕਹਿ ਦਈਏ ਮਹਾਨ ਕਲਾਕਾਰ ਨੇ ਮੇਲ ਮਿੱਤਰ ਜੀ ਉਹਨਾਂ ਦੀ ਆਵਾਜ਼ ਤਾਂ ਜ਼ਰੂਰ ਸੁਣਾਓ। ਹਾਂਜੀ ਉਹਨਾਂ ਦੀ ਆਵਾਜ਼ ਸੁਣਾਉਣਾ ਮੈਂ ਕੋਸ਼ਿਸ਼ ਕੀਤੀ ਆ ਥੋੜ੍ਹੀ ਜਿਹੀ ਅਤੇ ਉਹ ਸੁਣਾਉਣਾ ਤੁਹਾਨੂੰ। ਓਕੇ ਓਏ ਹੋਏ ਓਏ ਆ ਤਾਂ ਕਮਾਲ ਕਰਤੀ ਔਰ ਧੋਤੀ ਪਾੜ ਕੇ ਰਮਾਲ ਕਰਤੀ ਆਏ ਹਾਏ ਉਹ ਮੈਂ ਕਿਹਾ ਪਤਾ ਤੈਨੂੰ ਚਾਹ ਪਾਣੀ ਵੀ ਪੀ ਲੈਂਦੇ ਆਉਂਦੀ ਵੀਡੀਓ 'ਤੇ ਲਾ ਗਏ ਚੱਲ ਕੋਈ ਨਾ ਹੁਣ ਪਿਆ ਦਾਂਗੇ ਜਾਂਦੇ ਹੋਏ। ਬਾਈ ਜੀ ਹੋਰ ਕਾਰਟੂਨਾਂ ਦੀ ਆਵਾਜ਼ਾਂ ਜਿਵੇਂ ਮੋਗਲੀ ਹੋ ਗਏ। ਹਾਂਜੀ ਮੋਗਲੀ ਵਾਲੇ ਕਾਰਟੂਨ ਦੀ ਸੁਣਾ ਦਿੰਦਾ ਤੁਹਾਨੂੰ। ਠੀਕ ਹੈ ਜੀ। ਅਤੇ ਉਹ 'ਚ ਨਾ ਬੱਲੂ ਹੁੰਦਾ ਜਦੋਂ ਮੋਗਲੀ ਨੂੰ ਹਾਕ ਮਾਰਦਾ ਉਹ ਬੱਲੂ ਕਹਿੰਦਾ ਹੁੰਦਾ ਕਹਿੰਦਾ ਮੋਗਲੀ ਮੇਰੀ ਬਾਤ ਕੋ ਧਿਆਨ ਸੇ ਸੁਣੋ ਮੋਗਲੀ ਵਾਪਿਸ ਆ ਜਾਓ ਜਲਦੀ ਵਰਨਾ ਸ਼ੇਰ ਖਾਨ ਤੁਝੇ ਛੋੜੇਗਾ ਨਹੀਂ ਇੱਦਾਂ ਬੋਲਦਾ। ਠੀਕ ਹੈ ਜੀ। ਅਤੇ ਫਿਰ ਮੋਗਲੀ ਕਹਿੰਦਾ ਹੁੰਦਾ ਕਹਿੰਦਾ ਬੱਲੂ ਬੱਲੂ ਮੇਰੀ ਰੱਖਿਆ ਕਰੋ ਬੱਲੂ ਜੇ ਸ਼ੇਰ ਖਾਨ ਮੁਝੇ ਛੋੜੇਗਾ ਨਹੀਂ ਅਰੇ ਸ਼ੇਰ ਖਾਨ ਇੱਦਾਂ ਬੋਲਦਾ। ਅਤੇ ਉਸ ਤੋਂ ਬਾਅਦ ਸ਼ੇਰ ਖਾਨ ਕਹਿੰਦਾ ਅਰੇ ਇਨਸਾਨੀ ਬੱਚੇ ਆਜ ਤੂੰ ਮੇਰੇ ਹੱਥੋਂ ਸੇ ਨਹੀਂ ਬਚ ਸਕਤਾ ਅਰੇ ਤਬਾਕੀ ਆਜ ਮੈਂ ਇਸ ਇਨਸਾਨੀ ਬੱਚੇ ਕੋ ਛੋੜੂੰਗਾ ਨਹੀਂ। ਅਤੇ ਫਿਰ ਤਬਾਕੀ ਕਹਿੰਦਾ ਉਸਤਾਦ ਇਸ ਕੋ ਛੋੜਨਾ ਮਤ ਤਭੀ ਤੋ ਮੁਝੇ ਹੱਡੀ ਮਿਲੇਗੀ। ਬਾਈ ਜੀ ਜਿਵੇਂ ਆਪਣੇ ਨਿਊਜ਼ ਚੈਨਲ ਵਾਲੇ ਹੁੰਦੇ ਨੇ ਨਿਊਜ਼ ਦੇ ਰਹੇ ਨੇ ਪੰਜਾਬੀ 'ਚ ਜਾਂ ਹਿੰਦੀ 'ਚ ਕੋਈ ਉਹਨਾਂ 'ਚੋਂ ਤੁਹਾਨੂੰ ਕੋਈ ਆਵਾਜ਼ ਆ ਉਹਨਾਂ 'ਚੋਂ ਜੀ ਇੱਕ ਨਾ ਉਹ ਚੱਲਦੇ ਉਹਦੇ ਡੀ ਡੀ ਦੂਰਦਰਸ਼ਨ ਜਲੰਧਰ 'ਤੇ। ਠੀਕ ਹੈ ਜੀ। ਖਬਰਾਂ ਦਿੰਦੇ ਸੀ ਰਮੀਸ਼ ਸ਼ਾਇਦ ਉਹਨਾਂ ਦਾ ਨਾਂ ਜੀ ਮੈਂ ਨਾਂ ਤਾਂ ਨਹੀਂ ਪਤਾ ਅਤੇ ਉਹ ਖਬਰਾਂ ਪੜ੍ਹਦੇ ਸੀ ਅਤੇ ਜੇ ਉਹ ਫਨੀ ਤਰੀਕੇ ਦੀਆਂ ਖਬਰਾਂ ਪੜ੍ਹਨ ਤਾਂ ਉਹਨਾਂ ਨੇ ਕਿੱਦਾਂ ਪੜ੍ਹਨੀਆਂ ਸੀ ਉਹ ਮੈਂ ਤੁਹਾਨੂੰ ਦੱਸਦਾ। ਠੀਕ ਹੈ ਜੀ। ਉਹ ਕਹਿੰਦੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਇੱਕ ਮੱਛਰ ਅਤੇ ਮੱਖੀ ਦਾ ਆਪਸ ਦੇ ਵਿੱਚ ਬਹੁਤ ਹੀ ਭਾਰੀ ਟਾਕਰਾ ਹੋਇਆ ਜਿਸ ਦੇ ਵਿੱਚ ਮੱਛਰ ਦੀ ਜਾਨ ਚਲੀ ਗਈ ਹੈ ਅਤੇ ਮੱਖੀ ਪੂਰੀ ਤਰ੍ਹਾਂ ਜ਼ਖਮੀ ਹੋ ਗਈ ਹੈ ਸੋ ਮੱਖੀ ਨੂੰ ਨਜ਼ਦੀਕੀ ਹੋਸਪਿਟਲ ਦੇ ਵਿੱਚ ਜੇਰੇ ਇਲਾਜ ਭਰਤੀ ਲਈ ਰਵਾਨਾ ਕੀਤਾ ਗਿਆ ਹੈ। ਧੰਨਵਾਦ ਤੁਸੀਂ ਵੇਖਦੇ ਰਹੋ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਰੱਬ। ਇੱਕ ਜੀ ਮੰਜੇ ਬਿਸਤਰੇ ਫਿਲਮ ਦੇ ਵਿੱਚ ਸਾਧੂ ਹਲਵਾਈ ਹੁੰਦਾ ਅਤੇ ਉਹਨਾਂ ਦੀ ਮੈਂ ਕੋਸ਼ਿਸ਼ ਕੀਤੀ ਆਵਾਜ਼ ਮਤਲਬ ਫੁੱਲਦਾਂ ਦੀ ਵੀ ਹੋ ਸਕੇ ਅਤੇ ਜੇ ਮਤਲਬ ਵੀ ਆਪਣਾ ਜਿਹੜਾ ਕੈਮਰਾਮੈਨ ਆ ਜੇ ਇਹਦੇ ਬਾਰੇ ਕੋਈ ਗੱਲ ਕਿਸੇ ਨੂੰ ਦੱਸੇ ਸਾਧੂ ਹਲਵਾਈ ਤਾਂ ਉਹਨੇ ਕਿੱਦਾਂ ਦੱਸਣੀ ਸੀ। ਉਹ ਕਹਿੰਦਾ ਕੇ ਜਾਂ ਭਾਈ ਅਨਮੋਲ ਮੈਨੂੰ ਕਹਿੰਦਾ ਵੀ ਬਾਪੂ ਮੈਂ ਤਾਂ ਟੇਲਰ ਪਾਉਣੇ ਦਾ ਕੰਮ ਸਿੱਖਣਾ। ਮੈਂ ਕਿਹਾ ਚੱਲ ਕੋਈ ਨਾ ਪੁੱਤ ਸਿੱਖ ਲਿਆ ਇਹਨੇ ਚਾਰ ਪੰਜ ਛਾਲ ਵਧੀਆ ਲਾ ਕੇ ਟੇਲਰ ਕੋਲ ਕੰਮ ਸਿੱਖ ਲਿਆ ਅਤੇ ਇਹਨੇ ਪਿੰਡ ਆ ਕੇ ਕਰ ਲਈ ਦੁਕਾਨ ਇਹਦੇ ਕੋਲ ਇੱਕ ਲੇਡੀਜ਼ ਆਈ ਸੂਟ ਸਿਲਾਈ ਕਰਾਉਣ ਵਾਸਤੇ
ਇਹਨੂੰ ਕਹਿੰਦੀ ਵੇ ਅਲਮੋਲ ਮੇਰਾ ਸੂਟ ਸਿਲਾਈ ਕਰ ਦੇਗਾ। ਇਹ ਕਹਿੰਦਾ ਕੋਈ ਗੱਲ ਨਹੀਂ ਆਂਟੀ ਕਰ ਦਾਂਗੇ। ਅਤੇ ਉਹ ਭਾਈ ਅਗਲੇ ਦਿਨ ਸੂਟ ਫੜ ਕੇ ਲੈ ਗਈ ਇਹਤੋਂ। ਜਦੋਂ ਉਹਨੇ ਘਰ ਜਾ ਕੇ ਪਾ ਕੇ ਦੇਖਿਆ ਉਹ ਤਾਂ ਹੱਥ 'ਚ ਡੰਡਾ ਫੜੀ ਆਵੇ। ਅਤੇ ਇਹਨੂੰ ਕਹਿੰਦੀ ਵੇ ਅਨਮੋਲ ਤੇਰਾ ਬਹਿ ਜੇ ਵੇਰਾ ਆ ਕੀ ਕੀਤਾ ਵੇ। ਕਹਿੰਦਾ ਕੀ ਗੱਲ ਆਂਟੀ ਸੂਟ ਵਧੀਆ ਨਹੀਂ ਬਣਿਆ। ਕਹਿੰਦੀ ਮਾਰਜਾਂ ਨੇ ਸੂਟ ਤਾਂ ਬਥੇਰਾ ਫਿੱਟ ਫਾਟ ਸਿਉਂਦਾ। ਕਹਿੰਦਾ ਫਿਰ ਫਿਰ ਕੀ ਆ ਸਲਵਾਰ ਨੂੰ ਜਿੱਪ ਲਾ ਤੀ। ਕਹਿੰਦਾ ਉਹ ਆਵਾਜ਼ ਮੈਂ ਤੁਹਾਨੂੰ ਸੁਣਾਉਂਦਾ ਜੀ ਉਹ ਕਿੱਦਾਂ ਹੁੰਦੀ ਆ। ਉਹ ਕਹਿੰਦਾ ਹੁੰਦਾ ਲਓ ਜੀ ਅੰਬ ਦਾ ਚਾਰ, ਨਿੰਬੂ ਦਾ ਚਾਰ, ਮਿਰਚ ਦਾ ਚਾਰ, ਢਿਊ ਦਾ ਚਾਰ, ਕਰੇਲਿਆਂ ਦਾ ਚਾਰ, ਗਾਜਰ ਦਾ ਚਾਰ, ਗੋਭੀ ਦਾ ਚਾਰ, ਡੇਲਿਆਂ ਦਾ ਚਾਰ, ਇਹ ਚਾਰ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਹਨ। ਕਿਸੇ ਵੇਲੇ ਵੀ ਸਬਜ਼ੀ ਨਾ ਹੋਵੇ, ਅਚਾਰ ਇੰਨੇ ਟੇਸਟੀ ਹਨ ਜੋ ਇਸ ਵੇਲੇ ਸਾਡੇ ਕੋਲ ਤਿਆਰ ਨੇ। ਅਚਾਰ ਵਾਲਾ ਵੀਰ ਆਪ ਜੀ ਦੇ ਮੁਹੱਲੇ ਦੇ ਵਿੱਚ ਆ ਗਿਆ ਹੈ। ਬਾਈ ਜੀ ਕੋਈ ਹੋਰ ਹਿੰਦੀ ਇੰਡਸਟਰੀ ਦਾ ਵਧੀਆ ਫੇਮਸ? ਹਾਂਜੀ ਸਨੀ ਦਿਓਲ ਦੀ ਆਵਾਜ਼ ਸੁਣਾਉਂਦੇ ਜੀ ਤੁਹਾਨੂੰ। ਉਹਨਾਂ ਦਾ ਇੱਕ ਡਾਇਲੋਗ ਹੁੰਦਾ ਕਹਿੰਦਾ ਅਗਰ ਇਸ ਕਾਗਜ਼ ਪਰ ਮੋਹਰ ਨਹੀਂ ਲੱਗੇਗੀ ਤੋ ਕਿਆ ਤਾਰਾ ਪਾਕਿਸਤਾਨ ਨਹੀਂ ਜਾਏਗਾ। ਅਸ਼ਰਫ ਅਲੀ ਅਗਰ ਤੁਹਾਰਾ ਪਾਕਿਸਤਾਨ ਜਿੰਦਾਬਾਦ ਹੈ ਇਸੇ ਮੈਂ ਕੋਈ ਇਤਰਾਜ਼ ਨਹੀਂ, ਲੇਕਿਨ ਹਮਾਰਾ ਹਿੰਦੁਸਤਾਨ ਵੀ ਜਿੰਦਾਬਾਦ ਥਾ, ਜਿੰਦਾਬਾਦ ਹੈ, ਜਿੰਦਾਬਾਦ ਰਹੇਗਾ, ਹਿੰਦੁਸਤਾਨ ਜਿੰਦਾਬਾਦ। ਵੀਰ ਜੀ ਕੋਈ ਹੋਰ ਪੰਜਾਬੀ ਸਿੰਗਰ ਦੀ ਆਵਾਜ਼ ਤੁਸੀਂ ਜਾਣਦੇ ਹੋ? ਹੋਰ ਜੀ ਕਰਤਾਰ ਰਾਮਲੇ ਦੀ ਆਵਾਜ਼ ਸੁਣਾ ਦਿੰਦੇ ਤੁਹਾਨੂੰ ਇੱਕ। ਹਾਂਜੀ ਉਹਨਾਂ ਦਾ ਇੱਕ ਗਾਣਾ ਉਹ ਕਹਿੰਦੇ ਹੋ ਜੀ ਟੀ ਰੋੜੇ ਉੱਤੇ ਬਾੜਾ ਆਉਂਦਾ ਸੀ ਨਜ਼ਾਰਾ, ਹੋ ਜੀ ਟੀ ਰੋੜੇ ਉੱਤੇ ਬਾੜਾ ਆਉਂਦਾ ਸੀ ਨਜ਼ਾਰਾ, ਜੱਟੇ ਆਉਂਦਾ ਸੀ ਪਚਾਸੀਆਂ ਤੇ ਛੱਡੀ ਨੀ, ਗੋਰੇ ਰੰਗ ਨੇ ਰਗੜਤਾ, ਮਾਰਤੀ ਟਾਲੀ ਦੇ ਵਿੱਚ ਗੱਡੀ ਨੀ, ਗੋਰੇ ਰੰਗ ਨੇ ਰਗੜਤਾ। ਹਾਂਜੀ ਇੱਕ ਰਵਿੰਦਰ ਗਰੇਵਾਲ ਦੀ ਆਵਾਜ਼ ਸੁਣਾਉਂਦੇ ਤੁਹਾਨੂੰ ਉਹਨਾਂ ਦਾ ਗਾਣਾ ਇੱਕ। ਉਹੀ ਅੱਖੀਆਂ ਉਹੀ ਸੁਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ, ਤੱਕਣ ਵਾਲੀ ਦੀ ਅੱਖ ਬਦਲੀ। ਅਤੇ ਹੋਰ ਜੀ ਇੱਕ ਧਰਮਪ੍ਰੀਤ ਉਹਨਾਂ ਦਾ ਗਾਣਾ ਜੇ ਰਣਜੀਤ ਬਾਬੇ ਦਾ ਗਾਣਾ ਯਾਰੀ ਚੰਡੀਗੜ੍ਹ ਵਾਲੀਏ ਨਹੀਂ ਤੇਰੀ, ਠੀਕ ਹੈ ਧਰਮਪ੍ਰੀਤ ਗਾਉਂਦੇ ਤਾਂ ਉਹਨਾਂ ਨੇ ਕਿੱਦਾਂ ਗਾਉਣਾ ਸੀ? ਉਹ ਕਹਿੰਦੇ ਹਾਏ ਸਾਡਾ ਕਿਹੜਾ ਬਾਪੂ ਕਰਦਾ ਬਲੈਕ ਨੀ, ਹਾਏ ਹਾ ਜਿਹੜਾ ਤੇਰਾ ਸ਼ਹਿਰ ਲਾ ਲਵਾ ਫਲਟ ਨੀ, ਹਾ ਮੈਨੂੰ ਮੁੜਦੇ ਨੂੰ ਪਿੰਡ ਮੁੜ ਲੈਣ ਦੇ ਨੀ, ਕੰਮ ਉੱਥੇ ਪਾਏ ਨੇ ਬੜਾ, ਹਾ ਯਾਰੀ ਚੰਡੀਗੜ੍ਹ ਵਾਲੀ ਐ ਨੀ ਤੇਰੀ, ਕਰਾਂਗੀ ਹੱਥ ਯਾਰ ਦੇ ਖੜੇ। ਬਾਈ ਜੀ ਕੇ ਬੱਚਿਆਂ ਦੇ ਕਾਰਟੂਨ ਹੈ ਬਬਲੂ ਡਬਲੂ, ਹਾਂਜੀ ਹਾਂ ਉਹਨਾਂ ਦੀ ਆਵਾਜ਼ ਆ। ਹਾਂਜੀ ਉਹਨਾਂ ਦੀ ਆਵਾਜ਼ ਸੁਣਾਉਂਦਾ ਤੁਹਾਨੂੰ ਮੈਂ। ਉਹ ਇੱਕ ਨਾ ਜਦੋਂ ਲੱਖਾ ਹੁੰਦਾ ਜਿਹੜਾ ਉਹਨਾਂ ਦੇ ਪੇੜ ਕੱਟ ਦਿੰਦਾ, ਤੇ ਇੱਕ ਕਹਿੰਦਾ ਇਹ ਭਈਆ ਜੇ ਕਹਿ ਗਿਆ ਲੱਖਾਂ ਨੇ ਹਮਾਰਾ ਪੂਰਾ ਪੇੜ ਕੱਟ ਦਿਆ, ਇੱਦਾਂ ਬੋਲਦਾ ਜੀ। ਤੇ ਦੂਜਾ ਕਹਿੰਦਾ ਓਏ ਛੋਟੇ ਕੋਈ ਬਾਤ ਨਹੀਂ, ਤੂੰ ਟੈਨਸ਼ਨ ਮਤ ਲੈ, ਮੈਂ ਇਸ ਲੱਖਾਂ ਕੋਈ ਛੋੜੂੰਗਾ ਨਹੀਂ, ਆ ਲੱਖਾਂ ਆ ਤੂੰ ਮੇਰੇ ਹੱਥੋਂ ਸੇ ਨਹੀਂ ਬਚ ਸਕਦਾ, ਇੱਦਾਂ ਬੋਲਦਾ। ਤੇ ਫਿਰ ਉਸ ਤੋਂ ਬਾਅਦ ਜੀ ਲੱਖਾ ਕਹਿੰਦਾ ਏ ਗੰਗੇ ਬਾਲੂਓ ਜੇ ਕਿਆ ਕਰ ਦਿਆ ਮੇਰਾ ਪੂਰਾ ਖਾਣਾ ਉਜਾੜ ਦਿਆ, ਇੱਦਾਂ। ਬਾਈ ਤੁਸੀਂ ਆਵਾਜ਼ਾਂ ਬਹੁਤ ਸਾਰੀਆਂ ਕੱਢ ਰਹੇ ਹੋ, ਲੀਡਰਾਂ ਦੀਆਂ ਵੀ ਕੱਢ ਰਹੇ ਹੋ, ਕਾਰਟੂਨ ਦੇ ਵੀ ਕੱਢ ਰਹੇ ਹੋ, ਬਾਕੀ ਜਿਹੜੇ ਆਪਣੇ ਪੰਜਾਬੀ ਸਿੰਗਰ ਨੇ ਉਹਨਾਂ ਦੀ ਵੀ ਤੁਸੀਂ ਇੰਡਸਟਰੀ ਵਿੱਚ ਵੀ ਜਾ ਰਹੇ ਹੋ, ਅਤੇ ਤੁਸੀਂ ਅੱਗੇ ਬਣਨਾ ਕੀ ਚਾਹੁੰਦੇ ਹੋ? ਬਣਨਾ ਤਾਂ ਜੀ ਮੇਨ ਮਕਸਦ ਤਾਂ ਇਹੀ ਆ ਵੀ ਐਜ਼ ਏ ਡਬਿੰਗ ਆਰਟਿਸਟ ਕਿਤੇ ਕੰਮ ਮਿਲੇ ਅਤੇ ਉਹ ਕਰੀਏ, ਅਤੇ ਜਾਂ ਫਿਰ ਕੋਈ ਛੋਟਾ ਮੋਟਾ ਰੋਲ ਮਿਲੇ ਕਿਸੇ ਫਿਲਮ ਦੇ ਵਿੱਚ, ਪੰਜਾਬੀ ਫਿਲਮਾਂ ਦੇ ਵਿੱਚ, ਅਤੇ ਉਹ ਬਖੂਬੀ ਨਾਲ ਨਿਭਾਈਏ। ਠੀਕ ਠੀਕ ਘਰ ਦੇ ਹਾਲਾਤ ਕਿੱਦਾਂ ਦੇ ਨੇ ਤੁਹਾਡੇ? ਘਰ ਦੇ ਹਾਲਾਤ ਤਾਂ ਠੀਕ ਠਾਕ ਹੀ ਨੇ ਜੀ, ਕੋਈ ਖਾਸ ਵਧੀਆ ਵੀ ਨਹੀਂ ਖਾਸ ਮਾੜੇ ਵੀ ਨਹੀਂ, ਠੀਕ ਠਾਕ ਜੀ। ਅੱਜ ਕੱਲ੍ਹ ਤੁਸੀਂ ਪੜ੍ਹਾਈ ਕਰ ਰਹੇ ਹੋ ਜਾਂ ਕੋਈ ਹੋਰ ਕੰਮ ਕਰ ਰਹੇ ਹੋ ਤੁਸੀਂ? ਨਹੀਂ ਅੱਜ ਕੱਲ੍ਹ ਤਾਂ ਜੀ ਬਸ ਮਿਸਤਰੀ ਨਾਲ ਹੀ, ਪਹਿਲਾਂ ਤਾਂ ਡੈਡੀ ਨਾਲ ਚਲੇ ਜਾਂਦੇ ਹੁੰਦੇ ਸੀਗੇ ਕੰਮ। ਹਾਂ ਜੀ ਡੈਡੀ ਵੀ ਮੇਰੇ ਲੇਬਰੀ ਕਰਦੇ ਆ ਨਾ, ਠੀਕ ਆ, ਉਹਨਾਂ ਨਾਲ ਕਈ ਵਾਰ ਚਲੇ ਜਾਂਦੇ ਆ। ਫਿਰ ਕਈ ਵਾਰੀ ਜਦੋਂ ਵਿਆਹਾਂ ਦਾ ਸੀਜ਼ਨ ਆ ਜਾਂਦਾ ਫਿਰ ਕੈਮਰਾਮੈਨ ਦੇ ਨਾਲ ਹੈਲਪਰੀ ਤੌਰ 'ਤੇ ਚਲੇ ਜਾਂਦੇ। ਠੀਕ 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 ਅਸੀਂ ਬਾਈ ਜੀ ਥੋੜ੍ਹਾ ਥੈਂਕਸ ਕਰਦੇ ਹਾਂ। ਅਤੇ ਇਹਦੇ ਨਾਲ ਹੀ ਮੈਂ ਮੇਰੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ ਬਾਈ ਜੀ ਛੋਟੇ ਹੁੰਦੇ ਇੱਕ ਚੌੜ ਦੇ ਹਾਸੀ ਮਜ਼ਾਕ ਦੇ ਵਿੱਚ ਆਵਾਜ਼ਾਂ ਕੱਢਦੇ ਸੀ, ਅੱਜ ਪਰਮਾਤਮਾ ਦੀ ਕਿਰਪਾ ਹੋ ਗਈ ਇਹਨਾਂ ਨੂੰ ਇੱਕ ਟੈਲੈਂਟ ਦੇ ਤਾ। ਅਤੇ ਤੁਸੀਂ ਨੇ ਵੀਰ ਦੀ ਸਪੋਰਟ ਕਰਨੀ ਆ,
कि ताँ कि ये वीडियो बद तो बद पहुँचे चैनल वीडियो आप अगे तो अगे शेयर करते हैं क्योंकि जिस बंदे नू रुजगार की लोड़ हो जिस बंदे नू एक नीड हो हाँ मैनू रुजगार की लोड़ आ बाई दे विच टैलेंट बहुत वधिया क्योंकि एक ने काफ़ी लीडर्स दी आवाज़ा कढ़ रहे कार्टून दी तुसी ने वीडियो विच देखा ही आ वध तो वध वीडियो नू शेयर करना ता कि वह किसी ऐसे परसन दे वीडियो हाथ आवे कि बाई जी नू कम मिले तो बाई दी आमदन दे विच वाधा होवे तुसी ने समा दिता असीं तुहाडा बहुत बहुत थैंक्स करते हैं थैंक यू बाई जी।